ਜੋ ਇੰਨੀ ਭੀੜ ਆ ਸਾਨੂੰ ਦੇਖਣ ਨੂੰ ਮਿਲਦੀ ਹੈ, ਇਹ ਦਲਜੀਤ ਬਾਈ ਦਾ ਜੋ ਅੱਜ ਟਾਈਮ ਚੱਲ ਰਿਹਾ, ਜੋ ਉਹਨਾਂ ਨੇ ਇੰਨੇ ਸਾਲਾਂ 'ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ, ਉਹੀ ਗੱਲ ਹੈ ਕਿ ਹੁਣ ਦਲਜੀਤ ਭਾਅ ਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ, ਹੈ ਨਾ, ਉਹਨਾਂ ਦੀ ਰੀਚ ਓਨੀ ਵੱਡੀ ਹੈ। ਸੋ ਜਿੰਨਾ ਵੱਡਾ ਸਟਾਰ ਹੁੰਦਾ, ਜਿੰਨੀ ਵੱਡੀ ਫਿਲਮ ਹੁੰਦੀ ਹੈ, ਓਨੀਆਂ ਜ਼ਿਆਦਾ ਕੰਟਰੀ 'ਚ ਸਾਨੂੰ ਸਕਰੀਨਾਂ ਮਿਲਦੀਆਂ ਨੇ। ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ ਨਾ, ਜਿੰਨੀਆਂ ਸਿਟੀ ਜਿੰਨੀਆਂ ਕੰਟਰੀਜ਼ ਇਸ ਫਿਲਮ ਨੇ ਕਵਰ ਕੀਤੀਆਂ। ਸੋ ਐਡੀ ਵਾਸਟ ਰਿਲੀਜ਼ ਕੋਈ ਪੰਜਾਬੀ ਫਿਲਮ ਨਹੀਂ, ਬਟ ਕਿਉਂਕਿ ਅਨੁਰਾਗ ਭਾਅ ਜੀ ਸੀਗੇ, ਉਹ ਸਾਡੀ ਇੰਡਸਟਰੀ ਦੇ ਵਨ ਆਫ ਦਾ ਬੈਸਟ ਡਾਇਰੈਕਟਰ ਹੈ, ਵਨ ਆਫ ਦਾ ਕੀ ਬੈਸਟ ਹੀ ਹੈ। ਸੋ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇਹ ਬ੍ਰਾਂਡ ਹੈ। ਸੋ ਇੱਕ ਬਹੁਤ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ ਕਿਸੇ ਹੋਰ ਦੀ ਥੋਟ ਪ੍ਰੋਸੈਸ ਨੂੰ ਫੜ ਕੇ ਉਹਨੂੰ ਕੰਟੀਨਿਊ ਕਰਨਾ, ਅਤੇ ਹੁਣ ਫਿਲਮ ਲੱਗ ਗਈ ਹੈ, ਬਾਕੀ ਲੋਕਾਂ ਨੇ ਦੱਸਣਾ, ਬਟ ਮੇਰੇ ਵੱਲੋਂ ਮੈਂ ਰਿਲੈਕਸ ਹੈ ਕਿ ਚਲੋ ਹੁਣ ਕੰਮ ਖਤਮ ਹੋ ਗਿਆ। ਸੋ ਫਰੈਂਚਾਈਜ਼ੀ ਫਿਲਮ ਜਦੋਂ ਬਣਾਉਂਦੇ, ਤੁਹਾਡਾ ਆਪਣੀ ਫਰੈਂਚਾਈਜ਼ੀ ਜਿਵੇਂ ਕਿਸਮਤ ਚੱਲਦੀ ਹੈ, ਬਟ ਇਹ ਜੱਟ ਐਂਡ ਜੂਲੀਅਟ ਅਨੁਰਾਗ ਭਾਅ ਜੀ ਦੀ ਸੀਗੀ, ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਪਰ ਤੁਹਾਨੂੰ ਇਹ ਥੋਟ ਕਿਵੇਂ ਆਇਆ ਕਿ ਹਾਂ ਯਾਰ ਇਹਦੇ 'ਤੇ ਮੈਂ ਵੀ ਆਪਣਾ ਜਿਹੜਾ ਇੱਕ ਕਹਾਣੀ ਨੂੰ ਬਣਾ ਸਕਦਾ? ਨਹੀਂ, ਕਿਉਂਕਿ ਐਕਚੁਅਲੀ ਇਹ ਫਿਲਮ ਆਲਰੇਡੀ ਅਨੁਰਾਗ ਭਾਅ ਜੀ ਨੇ ਹੀ ਕਰਨੀ ਸੀਗੀ। ਸੋ ਲਾਸਟ ਟਾਈਮ 'ਤੇ ਕਿਉਂਕਿ ਉਹਨਾਂ ਦਾ ਕੁਛ ਹਿੰਦੀ ਦਾ ਆ ਗਿਆ ਸੀਗਾ ਤਾਂ ਲਾਈਨਅਪ ਸੀਗਾ ਉਹਨਾਂ ਦਾ, ਸੋ ਨਹੀਂ ਕਰ ਪਾਏ, ਤਾਂ ਇਹ ਫਿਲਮ ਮੇਰੇ ਕੋਲ ਆ ਗਈ ਹੈ। ਮਤਲਬ ਮੇਰਾ ਥੋਟ ਨਹੀਂ ਹੈ, ਇਹ ਟੀਮ ਦਾ, ਉਹਨਾਂ ਨੇ ਐਜ਼ ਏ ਟੀਮ ਮੈਨੂੰ ਸਿਲੈਕਟ ਕੀਤਾ ਕਿ ਤੁਸੀਂ, ਅਨੁਰਾਗ ਭਾਅ ਜੀ ਅਵੇਲੇਬਲ ਨਹੀਂ ਸੀਗੇ, ਸੋ ਤਾਂ ਕਰਕੇ। ਸੋ ਦੋਹਾਂ ਦੀ ਜੋੜੀ ਜਿਹੜੀ ਹੈ ਨੀਰੂ ਐਂਡ ਦਲਜੀਤ ਦੀ, ਕਾਫੀ ਸੁਪਰ ਸੁਪਰ ਹਿੱਟ ਹੋਈ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ, ਬਟ ਇਹ ਜੱਟ ਐਂਡ ਜੂਲੀਅਟ ਇਹ ਪੰਜਾਬ 'ਚ ਹਿੱਟ ਨੇ, ਜੋ ਕਰੇਜ਼ ਜਦੋਂ ਦਲਜੀਤ ਭਾਅ ਜੀ ਆਏ ਉਹ ਕਰੇਜ਼ ਦੇਖਣ ਨੂੰ ਮਿਲਿਆ। ਕਈ ਵਾਰੀ ਕੀ ਹੁੰਦਾ ਕਿ ਅਸੀਂ ਵੱਡੇ ਐਕਟਰ ਦੇ ਨਾਲ ਇੰਨਾ ਕਰੇਜ਼ ਹੁੰਦਾ, ਉਹਦੀ ਫੈਨ ਫੋਲੋਇੰਗ ਇੰਨੀ ਹੁੰਦੀ ਹੈ, ਡਾਇਰੈਕਟਰ ਨੂੰ ਹੁੰਦਾ ਕਿ ਯਾਰ ਐਡਾ ਵੱਡਾ ਐਕਟਰ ਆ, ਲੋਕਾਂ ਨੇ ਦੇਖਣ ਆ ਜਾਣਾ। ਤੁਹਾਨੂੰ ਇਹ ਵੀ ਸੀਗਾ ਕਿ ਹਾਂ ਯਾਰ ਦਲਜੀਤ ਭਾਅ ਜੀ ਹੈਗੇ ਨੇ ਫਿਲਮ 'ਚ ਤਾਂ ਫਿਲਮ ਚੱਲ ਸਕਦੀ? ਨਹੀਂ, ਐਕਚੁਅਲੀ ਇਹ ਫਿਲਮ ਦਾ ਜੋ ਵੀ ਕ੍ਰੈਡਿਟ ਹੈ, ਇਹ ਫਿਲਮ ਦਾ ਕ੍ਰੈਡਿਟ ਅਨੁਰਾਗ ਭਾਅ ਜੀ ਦਾ, ਉਸ ਬ੍ਰਾਂਡ ਦਾ, ਅਤੇ ਦਲਜੀਤ ਬਾਈ ਅਤੇ ਨੀਰੂ ਮੈਮ ਦਾ, ਹੈ ਨਾ। ਮਤਲਬ ਮੈਨੂੰ ਤਾਂ 100% ਇਸ ਫਿਲਮ ਦਾ ਸਿਰਫ ਕ੍ਰੈਡਿਟ ਹੀ ਮਿਲਿਆ ਕਹਿ ਸਕਦੇ ਹੋ ਤੁਸੀਂ। ਮਤਲਬ ਇਹ ਉਹਨਾਂ ਦੇ ਨਾਮ ਨੂੰ ਚੱਲ ਰਹੀ ਹੈ, ਜੋ ਇੰਨੀ ਭੀੜ ਆ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ, ਇਹ ਦਲਜੀਤ ਬਾਈ ਦਾ ਜੋ ਅੱਜ ਟਾਈਮ ਚੱਲ ਰਿਹਾ, ਜੋ ਉਹਨਾਂ ਨੇ ਇੰਨੇ ਸਾਲਾਂ 'ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ, ਸੋ ਇਹ ਜਿਸ ਤਰੀਕੇ ਦੀ ਆਡੀਅੰਸ ਰਿਸਪੋਂਸ ਹੈ, ਇਹ 100% ਉਹਨਾਂ ਦਾ। ਫਿਲਮ ਦੀ ਮੈਂ ਇੱਕ ਲਿਸਟ ਵੇਖ ਰਿਹਾ ਸੀ, PG ਪਤਾ ਨਹੀਂ ਬਾਹਰ ਕਿਹੜੀਆਂ ਕਿਹੜੀਆਂ ਕੰਟਰੀ ਜਿੱਥੇ ਨਹੀਂ ਵੀ ਰਿਲੀਜ਼ ਹੋਈ ਸੀ ਅੱਜ ਤੱਕ ਪੰਜਾਬੀ ਫਿਲਮ ਕੋਈ, ਜੀ ਉੱਥੇ ਵੀ ਇਹ ਫਿਲਮ ਲੱਗੀ ਹੋਈ, ਔਰ ਪਾਕਿਸਤਾਨ 'ਚ ਮੈਨੂੰ ਲੱਗਦਾ ਅੱਜ ਤੋਂ ਹੀ ਲੱਗ ਗਈ ਹੈ। ਹਾਂਜੀ, ਕਿਉਂਕਿ ਇਹ ਉਹੀ ਗੱਲ ਹੈ ਕਿ ਹੁਣ ਦਲਜੀਤ ਭਾਅ ਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ ਨਾ, ਉਹਨਾਂ ਦੀ ਰੀਚ ਓਨੀ ਵੱਡੀ ਹੈ। ਸੋ ਜਿੰਨਾ ਵੱਡਾ ਸਟਾਰ ਹੁੰਦਾ, ਜਿੰਨੀ ਵੱਡੀ ਫਿਲਮ ਹੁੰਦੀ ਹੈ, ਓਨੀਆਂ ਜ਼ਿਆਦਾ ਕੰਟਰੀਜ਼ ਸਾਨੂੰ ਸਕਰੀਨਾਂ ਮਿਲਦੀਆਂ, ਸ਼ੋਜ਼ ਮਿਲਦੇ ਆ। ਸੋ ਤਾਂ ਕਰਕੇ ਇਹ ਵਰਲਡਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ ਅੱਜ ਤੱਕ ਦੀ। ਮਤਲਬ ਜਿੰਨੀਆਂ, ਮਤਲਬ ਓਵਰਸੀਜ਼ ਦੀ ਗੱਲ ਕਰੀਏ ਤਾਂ, ਹਾਂਜੀ ਓਵਰਸੀਜ਼ 'ਚ ਵੀ, ਇੰਡੀਆ 'ਚ ਵੀ, ਇੰਡੀਆ 'ਚ ਹੋਰ ਕਿੱਥੇ ਕਿੱਥੇ, ਮਤਲਬ ਨੌਰਥ ਸਾਈਡ ਤੋਂ ਬਾਹਰ ਵੀ? ਹਾਂਜੀ, ਪੂਰੇ ਇੰਡੀਆ 'ਚ ਲੱਗੀ ਹੈ। ਮਤਲਬ ਜਿੰਨੇ ਇਸ ਫਿਲਮ ਦੇ ਸ਼ੋਅ ਹੈ, ਇੰਨੇ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ ਨਾ, ਜਿੰਨੀਆਂ ਸਿਟੀ ਜਿੰਨੀਆਂ ਕੰਟਰੀਜ਼ ਇਸ ਫਿਲਮ ਨੇ ਕਵਰ ਕੀਤੀਆਂ। ਸੋ ਐਡੀ ਵਾਸਟ ਰਿਲੀਜ਼ ਕੋਈ ਪੰਜਾਬੀ ਫਿਲਮ ਨਹੀਂ। ਜਿੱਦਾਂ ਹੁਣ 3 ਹਿੱਟ ਹੋ ਹੀ ਜਾਣੀ, ਹੋ ਹੀ ਗਈ, ਲੋਕਾਂ ਦਾ ਕਰੇਜ਼ ਇੰਨਾ ਹਿੱਟ ਹੋ ਗਈ, ਅਤੇ 4 ਦੀ ਵੀ ਤੁਸੀਂ ਪਲੈਨਿੰਗ ਕਰੋਗੇ ਸਕ੍ਰਿਪਟਿੰਗ? ਅਜੇ ਐਕਚੁਅਲੀ 4 ਦਾ ਕੋਈ ਪਲਾਨਿੰਗ ਨਹੀਂ ਵੀ, ਬਟ ਮੇਰੀ ਤਾਂ ਇਹੀ ਕੋਸ਼ਿਸ਼ ਰਹੂਗੀ ਕਿ ਅਨੁਰਾਗ ਭਾਅ ਜੀ ਕਰਨ, ਕਿਉਂਕਿ ਉਹਨਾਂ ਦਾ ਹੀ ਬ੍ਰਾਂਡ ਹੈ। ਸੋ ਬਿਜ਼ੀ ਸੀਗੇ ਤਾਂ ਨਹੀਂ ਕਰ ਪਾਏ।